ਅੱਜ ਦੇ ਇਸ ਪ੍ਰੋਗਰਾਮ ਵਿੱਚ ਮੇਰਾ ਸਾਥ ਦੇਣਗੇ ਗੁਰਪ੍ਰੀਤ ਸਿੰਘ, ਜਿਹੜੇ ਸਾਡੇ ਮਹਿਮਾਨ ਨੇ IAPI, ਇੰਡੀਅਨਸ ਅਬਰੋਡ ਫਾਰ ਪਲੂਰਲਿਸਟ ਇੰਡੀਆ। ਅੱਜ ਇਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਗੱਲਬਾਤ ਕਰਦੇ ਹਾਂ ਕਿ ਖਾਸ ਤੌਰ ਉੱਤੇ ਭਾਰਤ ਦੇ ਵਿੱਚ ਦੋ ਅਹਿਮ ਫੈਸਲੇ ਜਿਹੜੇ ਕਿ ਜੋ 1984 ਦੇ ਵਿੱਚ ਜਿਹੜਾ ਜੈਨੋਸਾਈਡ ਹੋਇਆ ਸੀ ਉਸ ਦੇ ਬਾਰੇ ਆਏ ਨੇ, ਇਹਦੇ ਕੀ ਅਸਰ ਪੈ ਸਕਦਾ ਆਉਣ ਵਾਲੀ ਚੋਣਾਂ ਦੇ ਵਿੱਚ ਜਿਹੜੀ ਕਿ ਭਾਰਤ ਵਿੱਚ ਹੋਣ ਜਾ ਰਹੀਆਂ ਨੇ। ਅਤੇ ਨਾਲ ਹੀ ਇੱਕ ਇਹ ਵੀ ਆਵਾਜ਼ ਬੁਲੰਦ ਹੋ ਰਹੀ ਹੈ ਭਾਰਤ ਵਿੱਚ ਕਿ ਰਾਜੀਵ ਗਾਂਧੀ ਦਾ ਭਾਰਤ ਰਤਨ ਜਿਹੜਾ ਹੈ ਉਹ ਵਾਪਸ ਲਿਆ ਜਾਏ, ਔਰ ਇਹਨਾਂ ਮੁੱਦਿਆਂ ਉੱਤੇ ਅੱਜ ਕੁਝ ਜਾਣਕਾਰੀ ਲੈਂਦੇ ਹਾਂ। ਜੀ ਆਇਆਂ ਜੀ, ਵੈਲਕਮ। ਥੈਂਕ ਯੂ। ਥੈਂਕ ਯੂ। ਸੋ ਸਭ ਤੋਂ ਪਹਿਲਾਂ ਤਾਂ ਜੀ, ਜੋ 1984 ਦੇ ਵਿੱਚ ਜੋ ਕੁਝ ਹੋਇਆ ਉਸ ਦੇ ਬਾਰੇ ਅਸੀਂ ਦੇਖ ਰਹੇ ਹਾਂ ਕਿ ਕੁਛ ਚੀਜ਼ਾਂ ਸਾਹਮਣੇ, ਖਾਸ ਤੌਰ 'ਤੇ ਸੱਜਣ ਕੁਮਾਰ ਦਾ ਮੁੱਦਾ ਜਿਹੜਾ ਹੈਗਾ, ਤੁਸੀਂ ਇਸ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹੋ? ਕੀ ਇਹ ਕੋਰਟਸ ਦੀ ਵਿੱਚ ਜਿਹੜੀ ਇੱਕ ਜਾਗਰਤਾ ਜਿਹੜੀ ਅਸੀਂ ਦੇਖ ਰਹੇ ਹਾਂ, ਇੱਕ ਐਕਟਿਵਿਜ਼ਮ ਨਜ਼ਰ ਆ ਰਹੀ ਹੈ, ਕਿ ਉਸ ਦੇ ਫਲਸਰੂਪ ਹੈ ਜਾਂ ਇਹ ਸਰਕਾਰ ਵੱਲੋਂ ਕੁਛ ਸਿੱਖਾਂ ਨੂੰ ਪਲੀਜ਼ ਕਰਨ ਵਾਸਤੇ ਕੀਤਾ ਗਿਆ? ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ? ਹਰਪ੍ਰੀਤ, ਇੱਕ ਗੱਲ ਇਹ ਕਿ ਜਿਹੜੀ ਦੋਨੇ ਜੱਜਮੈਂਟਸ ਆਈਆਂ, ਮੈਨੂੰ ਦੋਨਾਂ ਜੱਜਮੈਂਟਸ ਨੂੰ ਪੜ੍ਹਨ ਦਾ ਮੌਕਾ ਮਿਲਿਆ। ਜੀ, ਸੱਜਣ ਕੁਮਾਰ ਜੱਜਮੈਂਟ ਨੂੰ ਕਾਫੀ ਟਾਈਮ ਲਾ ਕੇ ਪੜ੍ਹੀ ਡਿਟੇਲ ਦੇ ਨਾਲ, ਅਤੇ ਉਸ ਦੇ ਵਿੱਚ ਮੈਨੂੰ ਲੱਗਦਾ ਨਹੀਂ ਇਸ ਤਰ੍ਹਾਂ ਕਿ ਗੌਰਮੈਂਟ ਦੀ ਕੋਈ ਇੰਟਰਫੇਰੈਂਸ ਹੋਣੀ, ਕਿਉਂਕਿ ਸਮਝਣ ਵਾਲੀ ਗੱਲ ਇਹ ਹੈ ਕਿ ਜਿਹੜਾ ਖਾਸ ਤੌਰ 'ਤੇ ਸੱਜਣ ਕੁਮਾਰ ਵਾਲੀ ਜਿਹੜੀ ਜੱਜਮੈਂਟ, ਸੱਜਣ ਕੁਮਾਰ ਜੱਜਮੈਂਟ ਦੇ ਵਿੱਚ ਜਿਹੜੇ ਦੋ ਜੱਜਾਂ ਨੇ ਫੈਸਲਾ ਦਿੱਤਾ, ਉਹਨਾਂ ਨੇ ਬਹੁਤ ਕਲੀਅਰਲੀ ਉਸ ਵਿੱਚ 2002 ਦੇ ਮੁਸਲਮਾਨ ਵਿਰੋਧੀ ਕਤਲੇਆਮ ਦੇ ਵੀ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ, ਰਾਈਟ, ਜਿਹੜਾ ਉੜੀਸਾ 'ਚ ਜਿਹੜੇ ਐਂਟੀ ਕ੍ਰਿਸਚਨ ਵਾਇਲੈਂਸ ਹੋਈ ਸੀ ਉਸਦਾ ਵੀ ਜ਼ਿਕਰ ਕੀਤਾ, ਬਾਬਰੀ ਮਸਜਿਦ ਤੋਂ ਬਾਅਦ ਜੋ ਬੰਬੇ ਹੋਏ ਉਹਦਾ ਵੀ ਜ਼ਿਕਰ ਕੀਤਾ, ਜੀ, ਮੁਜ਼ੱਫਰਨਗਰ ਤੱਕ ਦੇ ਵਾਰਡਸ 'ਚ ਵੀ ਜ਼ਿਕਰ ਕੀਤਾ ਉਹਨਾਂ ਨੇ। ਸੋ ਮੇਰਾ ਕਹਿਣ ਦਾ ਮਤਲਬ ਕਿ ਉਹਨਾਂ ਨੇ ਆਪਣੇ ਜੱਜਮੈਂਟ ਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਇਹ ਕਿਹਾ ਕਿ ਜੋ 84 'ਚ ਹੋਇਆ ਉਹੀ ਬਾਅਦ 'ਚ ਦੁਹਰਾਇਆ ਗਿਆ, ਉਦੋਂ ਇਨਸਾਫ ਦੀ ਬਾਅਦ 'ਚ ਵੀ ਜਿਹੜਾ ਉਸਦੇ ਕਰਕੇ ਇੱਕ ਰਾਹ ਖੁੱਲ੍ਹ ਗਿਆ। ਜੀ, ਉਸ ਤੋਂ ਕਲੀਅਰ ਹੈ ਕਿ ਉਹ ਜੱਜਮੈਂਟ ਜਿਹੜੀ ਹੈ ਉਹ ਕਿਸੇ ਵੀ ਤਰ੍ਹਾਂ BJP ਨੂੰ ਫੇਵਰ ਨਹੀਂ ਕਰਦੀ, ਨਾ ਉਹ BJP ਦਾ ਕੋਈ ਏਜੰਡਾ ਉਸ ਵਿੱਚ ਉਹਦੇ ਤੋਂ ਚੱਲ ਸਕਦਾ। ਠੀਕ, ਤੋ ਉਹ ਜੱਜਮੈਂਟ ਜਿਹੜੀ ਉਹਨਾਂ ਨੇ ਬਿਲਕੁਲ ਉਸ ਤਰ੍ਹਾਂ ਦਿੱਤੀ ਜਿਵੇਂ ਕਿ ਦੇਣੀ ਚਾਹੀਦੀ ਸੀਗੀ। ਜੀ, ਉਹਨਾਂ ਨੇ ਉਸ 'ਚ ਇਹ ਵੀ ਪੁਆਇੰਟ ਆਊਟ ਕੀਤਾ ਕਿ ਸੱਜਣ ਕੁਮਾਰ ਜਿਹੜਾ ਸੀਗਾ ਹੁਣ ਤੱਕ ਜਿਹੜਾ ਬਚਦਾ ਆ ਉਹ ਸਿਰਫ ਇਸ ਕਰਕੇ ਸੀ ਕਿ ਸਟੇਟ ਉਹਦੇ ਨਾਲ ਖੜਾ ਸੀਗਾ। ਜੀ, ਔਰ ਉਸ ਦੇ ਵਿੱਚ ਉਹਨਾਂ ਨੇ ਮਿਸਾਲ ਵੀ ਦਿੱਤੀ ਹੈ ਕਿ ਜਦੋਂ ਪਹਿਲਾਂ ਸੱਜਣ ਕੁਮਾਰ ਨੂੰ ਇੱਕ ਵਾਰੀ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਗੁੰਡਿਆਂ ਨੇ CBI ਦੀ ਟੀਮ 'ਤੇ ਹਮਲਾ ਕੀਤਾ। ਜੀ, ਔਰ ਬਾਅਦ 'ਚ ਕਿਵੇਂ ਉਹ ਬੇਲ ਲੈ ਕੇ ਛੁੱਟ ਗਿਆ। ਸੋ ਕਹਿਣ ਦਾ ਮਤਲਬ ਕਿ ਕਿਸ ਤਰ੍ਹਾਂ ਉਹ ਪੋਲੀਟੀਕਲ ਪਾਵਰ ਜਾਂ ਸਟੇਟ ਦੇ ਸਟਰਕਚਰ ਨੂੰ ਯੂਜ਼ ਕਰਦਾ ਰਿਹਾ। ਸੋ ਪੁਲਿਸ ਦੀ ਜਿਹੜੀ ਭੂਮਿਕਾ ਦੇ ਉੱਤੇ ਪੂਰੀ ਚੰਗੀ ਤਰ੍ਹਾਂ ਉਂਗਲ ਰੱਖੀ ਜੱਜਾਂ ਨੇ, ਔਰ ਜਿਹੜੀਆਂ ਆਹ BJP ਨਾਲ ਜੁੜੀਆਂ ਘਟਨਾਵਾਂ ਜ਼ਿਕਰ ਕਲੀਅਰ ਹੈ ਕਿ ਇਸ ਵਿੱਚ ਕੋਈ BJP ਦੀ ਪੋਲਿਟਿਕਸ ਤਾਂ ਝਲਕ ਨਹੀਂ ਰਹੀ। ਰਾਈਟ, ਸੋ ਇੱਕ ਰੂਟੀਨ 'ਚ ਇੱਕ ਸਾਰਾ ਕੁਝ ਹੋਇਆ, ਔਰ ਕੋਰਟ ਨੇ ਕ੍ਰੈਡਿਟ ਦਿੱਤਾ ਫੂਲਕਾ ਸਾਹਿਬ ਨੂੰ, ਕੋਰਟ ਨੇ ਕ੍ਰੈਡਿਟ ਦਿੱਤਾ ਜਗਦੀਸ਼ ਕੌਰ ਨੂੰ, ਨਿਰਪ੍ਰੀਤ ਕੌਰ ਨੂੰ, ਜਿਹੜੇ ਗਵਾਹ ਇੰਨੇ ਸਾਲਾਂ ਤੋਂ ਆਪਣੀ ਕਹਾਣੀ ਦੱਸਦੇ ਆ ਰਹੇ ਸੀਗੇ। ਸੋ ਇਟ ਮੀਨਸ ਕਿ ਵੀ ਉਹ ਬੜਾ ਕਲੀਅਰ ਉਹਨਾਂ ਨੇ ਜਾ ਕੇ ਫੈਸਲਾ ਦਿੱਤਾ ਵਾਲਾ। ਰਾਈਟ, ਪਰ ਇਹ ਫੈਸਲਾ ਜਿਹੜਾ ਇਸ ਸਮੇਂ ਆਇਆ ਇਹਦੇ ਬਾਰੇ ਤੁਸੀਂ ਕੁਝ ਸਮਝਦੇ ਹੋ ਕਿ ਅਹਿਮੀਅਤ ਇਹਦੀ ਹੈਗੀ ਹੈ? ਕਿਉਂਕਿ ਇੰਨੀ ਦੇਰ ਤੋਂ ਇਹ ਚੱਲ ਰਹੀ ਹੈ ਗੱਲ, 33 ਸਾਲ ਹੋ ਗਏ, ਪਰ ਹੁਣ ਹੀ ਜਿਹੜਾ ਆਇਆ, ਕੀ ਇਹ ਜੁਡੀਸ਼ੀਅਲ ਐਕਟਿਵਿਜ਼ਮ ਦਾ ਇੱਕ ਅਸਰ ਹੈਗਾ ਜਾਂ ਤੁਸੀਂ ਕੀ ਸਮਝਦੇ ਹੋ? ਜੁਡੀਸ਼ੀਅਲ ਐਕਟਿਵਿਜ਼ਮ ਉਸ ਤੋਂ ਕਿਹਾ ਜਾ ਸਕਦਾ, ਖਾਸ ਤੌਰ 'ਤੇ ਜਦੋਂ ਤੁਸੀਂ ਜੱਜਮੈਂਟ ਪੜ੍ਹਦੇ ਹੋ, ਰਾਈਟ, ਜੱਜਮੈਂਟ ਜਿਸ ਫਲੋ 'ਚ ਲਿਖੀ ਗਈ ਹੈ, ਜਿਸ ਤਰ੍ਹਾਂ ਉਸ ਦੇ ਵਿੱਚ ਕੁਛ ਬਹੁਤ ਪੈਸ਼ਨੇਟ ਗੱਲਾਂ ਆਈਆਂ, ਰਾਈਟ, ਜਿਵੇਂ ਅੰਮ੍ਰਿਤਾ ਪ੍ਰੀਤਮ ਦਾ ਕੋਰਟ ਪਾ ਕੇ ਦੱਸਿਆ ਗਿਆ ਵੀ ਨਾ ਇਨਸਾਫੀ ਹੋਈ ਜਾਂ ਜੋ ਕੁਛ ਜ਼ਿਆਦਤੀਆਂ ਹੋਈਆਂ, ਜਾਂ ਜਿਹੜਾ ਜਿਸ ਤਰੀਕੇ ਨਾਲ ਉਹਨਾਂ ਨੇ ਸਾਰੇ ਬੁਣਿਆ ਜੱਜਮੈਂਟ ਨੂੰ, ਜੀ, ਕਿ ਜਿਸ ਤਰੀਕੇ ਨਾਲ ਜ਼ਿਆਦਤੀਆਂ ਹੁੰਦੀਆਂ ਆਈਆਂ, ਬਾਅਦ 'ਚ ਹੁੰਦੀਆਂ ਰਹੀਆਂ, ਉੱਥੋਂ ਕਲੀਅਰ ਕਿ ਐਕਟਿਵਿਜ਼ਮ ਦੀ ਝਲਕ ਤਾਂ ਨਜ਼ਰ ਆਉਂਦੀ ਹੈ, ਜੁਡੀਸ਼ੀਅਲ ਐਕਟਿਵਿਜ਼ਮ ਬਿਲਕੁਲ ਉਹ 'ਚ ਰਿਫਲੈਕਟ ਕਰਦਾ, ਠੀਕ ਹੈ, ਕੋਈ ਦੋ ਰਾਵਾਂ ਹੈ ਨਹੀਂ ਹੈ। ਰਾਈਟ, ਪਰ ਉਸ ਦੇ ਵਿੱਚ ਗੱਲ ਇਹ ਕਿ ਜਿਹੜਾ ਲੋਕਾਂ ਨੂੰ ਇੱਕ ਗਲਤਫਹਿਮੀ ਹੈ ਕਿ ਸ਼ਾਇਦ ਕਈ ਲੋਕ ਇਹ ਵੀ ਕਹਿ ਰਹੇ ਕਿ ਵੀ ਇਨਸਾਫ ਦੇਰੀ ਨਾਲ ਹੋਇਆ ਪਰ ਹੋਇਆ, ਉਹ ਮੇਰੇ ਖਿਆਲ ਥੋੜ੍ਹਾ ਦਰੁਸਤ ਜਾਣਕਾਰੀ ਨਹੀਂ ਹੈ, ਕਿਉਂਕਿ ਉਸ ਦੇ ਵਿੱਚ 2-3 ਗੱਲਾਂ ਨੇ। ਪਹਿਲੀ ਗੱਲ, ਇਸ ਜਿਹੜੀ ਦੇਰੀ ਹੋਈ ਹੈ ਸੱਜਣ ਕੁਮਾਰ ਨੂੰ ਕਨਵਰਟ ਕਰਨ ਵਿੱਚ, ਇਹ ਆਪਣੇ ਆਪ 'ਚ ਨਾ ਇਨਸਾਫੀ ਸੀਗੀ। ਜੀ, ਹੁਣ ਜਿਹੜੀ ਨਾ ਇਨਸਾਫੀ 34 ਸਾਲ ਹੋਈ ਹੈ, ਉਹਦੇ ਵਿੱਚ ਜਿਹੜਾ ਨੁਕਸਾਨ ਹੋਇਆ ਜਾਂ ਜਿਹੜੇ ਕੌਨਸੀਕੁਐਂਸਿਸ ਨਿਕਲੇ, ਉਹਦੀ ਭਰਪਾਈ ਕੌਣ ਕਰੂਗਾ? ਮਿਸਾਲ ਦੇ ਤੌਰ 'ਤੇ ਜਿਨ੍ਹਾਂ ਬਸਤੀਆਂ 'ਚ ਇਹ ਕਤਲੋਗਾਰਤ ਹੋਈ, ਉੱਥੇ ਬੱਚੇ ਅਨਾਥ ਹੋ ਗਏ, ਡਰੱਗਾਂ 'ਚ ਪੈ ਗਏ, ਜਿਸਮ ਫਰੋਸ਼ੀ ਦਾ ਕੰਮ ਚੱਲ ਪਿਆ, ਉਹ ਜਿਹੜਾ ਡੈਮੇਜ ਹੋਇਆ, ਇੰਟਰਜਨਰੇਸ਼ਨਲ ਟਰੋਮਾ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੀ ਭਰਪਾਈ ਕੌਣ ਕਰੂਗਾ? ਫਿਰ 84 ਤੋਂ ਬਾਅਦ 2002 ਦੇ ਲਈ ਇੱਕ ਜ਼ਮੀਨ ਤਿਆਰ ਹੋਈ, ਫਿਰ 2002 ਦਾ ਕਾਂਡ ਹੋਇਆ, ਉਹਦੀ ਭਰਪਾਈ ਕੌਣ ਕਰੂਗਾ? ਫਿਰ ਉਸਦੇ ਕਰਕੇ ਵੱਖ-ਵੱਖ ਦਹਿਸ਼ਤਵਾਦ ਵਧਿਆ, ਏਅਰ ਇੰਡੀਆ ਕਾਂਡ ਹੋਇਆ, ਬੜਾ ਕੁਛ ਹੋਇਆ, ਉਹਦੀ ਭਰਪਾਈ ਕੌਣ ਕਰੂਗਾ? ਸੋ ਮੇਰਾ ਕਹਿਣ ਦਾ ਮਤਲਬ, ਇੱਕ ਤਰੀਕੇ ਦੇ ਵੇਖੀਏ, ਡਿਲੇ ਆਪਣੇ ਆਪ 'ਚ ਬਹੁਤ ਵੱਡੀ ਨਾ ਇਨਸਾਫੀ ਸੀ। ਰਾਈਟ, ਆਫ ਕੋਰਸ। ਫਿਰ ਸੱਜਣ ਕੁਮਾਰ ਨੂੰ ਇਸੇ ਕੇਸ ਦੇ ਵਿੱਚ ਕੌਨਸਪੀਰੇਸੀ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਜਦੋਂ ਕਿ ਕੌਨਸਪੀਰੇਸੀ ਲਈ ਕੇਅਰ ਸਿੰਘ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਸੋ ਕੌਨਸਪੀਰੇਸੀ ਦੇ ਮਾਮਲੇ 'ਚ ਦੋ ਕਾਨੂੰਨ ਚੱਲ ਰਹੇ ਨੇ ਵੱਖਰੇ। ਸਤਵੰਤ ਸਿੰਘ ਕੇਅਰ ਸਿੰਘ ਦਾ ਫੈਸਲਾ 4 ਸਾਲਾਂ 'ਚ ਹੋਇਆ, ਇਹਨੂੰ 34 ਸਾਲ ਲੱਗੇ। ਠੀਕ, ਸੋ ਇੱਕ ਨਾ ਇਨਸਾਫੀ ਵੀ ਨਜ਼ਰ ਆ ਰਹੀ ਹੈ। ਠੀਕ ਹੈ, ਹੁਣ ਅਗਲੀ ਗੱਲ ਆ ਗਈ ਕਿ ਇਹਦਾ ਅੱਜ ਦੇ ਤਰੀਕ 'ਚ ਕੀ ਅਰਥ ਹੈ? ਰਾਈਟ, ਅੱਜ ਤਰੀਕ 'ਚ ਅਰਥ ਇਹ ਹੈ ਕਿ ਹੁਣ 2019 ਦੀ ਇਲੈਕਸ਼ਨ ਹੋਣੀ ਆ,
ਅਤੇ ਜ਼ਾਹਿਰ ਹੈ ਕਾਂਗਰਸ ਦੀ ਪੂਰੀ ਕੋਸ਼ਿਸ਼ ਹੈ ਕਿ ਮੈਂ ਬੀਜੇਪੀ ਨੂੰ ਅਸੀਂ ਜੋ ਭਜਾਉਣਾ ਲੋਕਾਂ 'ਚ ਜਿਹੜੀ ਗੱਲ ਗਈ ਹੋਈ ਹੈ ਕਿ ਲੋਕ ਬੀਜੇਪੀ ਤੋਂ ਸਤੇ ਹੋਏ ਆ, ਖਾਸ ਤੌਰ 'ਤੇ ਜਿਵੇਂ ਕਾਓਬਜ ਲਾਂਤੇ ਜੋ ਕਰ ਰਹੇ ਆ ਜਾਂ ਜਾਤੀਆਂ ਹੋ ਰਹੀਆਂ ਜੀ, ਵਿਚ ਇਜ਼ ਫਾਈਨ, ਬਟ ਸਵਾਲ ਇਹ ਉੱਠਦਾ ਕਿ ਕਾਂਗਰਸ ਕਿਹੜੇ ਮੂੰਹ ਨਾਲ ਜਾਊਗੀ ਲੋਕਾਂ ਦੇ ਕੋਲ ਜਦੋਂ ਤੁਹਾਡੇ ਜਜਮੈਂਟ ਦਾ ਆਪ ਬੈਗੇਜ ਤੁਹਾਡੇ ਕੋਲ ਹੋਵੇ। ਕਮਲਨਾਥ ਦੇਖੋ ਇੱਕ ਬੜੀ ਇੰਟਰਸਟਿੰਗ ਗੱਲ ਇਹ ਹੋਈ ਆ, 17 ਤਰੀਕ ਨੂੰ ਦੋ ਫੈਸਲੇ, ਦੋ ਗੱਲਾਂ ਹੋਈਆਂ 17 ਤਰੀਕ ਨੂੰ ਜੀ, 17 ਦਸੰਬਰ ਨੂੰ। ਇੱਕ ਤਾਂ ਕੋਰਟ ਦੀ ਜਜਮੈਂਟ ਆਉਂਦੀ ਸੱਜਣ ਕੁਮਾਰ ਦੇ ਖਿਲਾਫ, ਔਰ 17 ਨੂੰ ਹੀ ਕਮਲਨਾਥ ਦੀ ਤਾਜਪੋਸ਼ੀ ਹੁੰਦੀ ਹੈ, ਯਾਨੀ ਇੱਕ ਵਿਅਕਤੀ ਜਿਹੜਾ ਕਤਲੇਆਮ 'ਚ ਸ਼ਾਮਲ ਹੈ ਉਸਦੀ ਤਾਜਪੋਸ਼ੀ ਹੋ ਰਹੀ ਹੈ, ਇੱਕ ਨੂੰ ਸਜ਼ਾ ਹੋ ਰਹੀ ਹੈ, ਦੋ ਕੌਨਫਲਿਕਟਿੰਗ ਮੈਸੇਜ ਜਾ ਰਹੇ। ਔਰ ਇਸ ਦੇ ਲਈ ਜ਼ਾਹਿਰ ਤੌਰ 'ਤੇ ਰਾਜੀਵ ਗਾਂਧੀ ਜਿਹੜਾ ਮੇਨ PMO ਸੀਗਾ, ਹੀ ਵਾਜ਼ ਦਾ ਪ੍ਰਿੰਸੀਪਲ ਕੌਨਸਪੀਰੇਟਰ, ਜਿਹੜਾ ਕਿ ਇੰਡਾਈਟ ਨਹੀਂ ਹੋਇਆ। ਸੋ ਮੇਰਾ ਮਤਲਬ ਕਹਿੰਦਾ, ਮੈਂ ਤਾਂ ਗੱਲ ਕਹਿ ਰਿਹਾ ਕਿ ਕਾਂਗਰਸ ਇਹ ਬੈਗੇਜ ਲੈ ਕੇ ਕਿੱਦਾਂ ਜਾਊਗੀ ਲੋਕਾਂ ਦੇ ਕਚਹਿਰੀ ਵਿੱਚ, ਐਬਸੋਲੂਟਲੀ, ਕਿ ਅਸੀਂ ਉਹਨਾਂ ਦੇ ਸੈਕੂਲਰ ਆਲਟਰਨੇਟਿਵ, ਸਾਨੂੰ ਵੋਟ ਪਾਓ, ਇਟ ਵਿਲ ਬੀ ਹਾਰਡ ਫਾਰ ਦੈਮ ਟੂ ਸੈਲ ਦੇਅਰ ਇਮੇਜ। ਐਬਸੋਲੂਟਲੀ, ਸਪੈਸ਼ਲੀ ਟੂ ਦ ਸਿੱਖਸ, ਕਿਸ ਤਰੀਕੇ ਨਾਲ ਇਹ ਇਮੇਜ ਜਿਹੜੀ ਆਪਣੀ ਪ੍ਰੋਜੈਕਟ ਕਰਨਗੇ। ਪਰ ਇਹਦੇ ਨਾਲ ਇੱਕ ਤ੍ਰਿਲੋਕਪੁਰੀ ਦਾ ਵੀ ਜਿਹੜਾ ਇੱਕ ਹੋਰ ਆਇਆ ਸੀ, ਜਿਹੜਾ ਯੂ ਨੋ ਜਜਮੈਂਟ ਜਿਹੜੀ ਆਈ ਸੀ, ਉਸਨੂੰ ਵੀ ਤੁਸੀਂ ਪੜ੍ਹਿਆ, ਉਹਦੇ ਮਤਲਬ ਦੱਸੋ ਕਿ ਉਹਦੇ 'ਚੋਂ ਕੀ ਤੱਥ ਕੱਢੇ ਜਾ ਸਕਦੇ। ਉਹ 'ਚ ਇੱਕ ਇੰਪੋਰਟੈਂਟ ਗੱਲ ਇਹ ਸੀ ਕਿ ਜਿਹੜਾ ਉਹਨਾਂ ਨੇ ਜੈਨੋਸਾਈਡ ਦਾ ਵਰਡ ਯੂਜ਼ ਕੀਤਾ, ਰਾਈਟ। ਸੋ ਉਹਨੇ ਇੱਕ ਦਿਸ਼ਾ ਦਿੱਤੀ ਲੋਕਾਂ ਨੂੰ ਕਿ ਜਿਹੜਾ ਜੈਨੋਸਾਈਡ ਨੂੰ ਲੈ ਕੇ ਇੱਥੇ ਬਹੁਤ ਤਿਲਮਿਲਾਟ ਹੁੰਦੀ ਕਿ ਜੈਨੋਸਾਈਡ ਕਿਉਂ ਕਹਿ ਦਿੱਤਾ ਗਿਆ, ਰਾਈਟ। ਹਾਲਾਂਕਿ ਜੈਨੋਸਾਈਡ 'ਤੇ ਮੇਰੀ ਵੀ ਆਪਣੀ ਇੱਕ ਰਾਏ ਬਣੀ ਹੋਈ ਆ, ਉਹ ਮੈਂ ਆਪਣੀ ਰਾਏ ਕਿਸੇ ਠੋਸਦਾ ਨਹੀਂ ਗਾ, ਪਰ ਮੈਂ ਇੰਨਾ ਜ਼ਰੂਰ ਕਹੂੰਗਾ ਕਿ ਜਦੋਂ ਇੱਕ ਲੋਕਾਂ ਨੂੰ ਇਨਸਾਫ਼ ਨਹੀਂ ਮਿਲੂਗਾ ਜੀ, ਲੋਕ ਇਨਸਾਫ਼ ਲਈ ਕੁਛ ਨਾ ਕੁਛ ਤਾਂ ਕਰਨਗੇ। ਹੁਣ ਜਿਹੜੀ ਸਰਕਾਰ ਬੇਸ਼ਰਮ ਹੋ ਕੇ ਇਨਸਾਫ਼ ਵੀ ਨਹੀਂ ਦੇ ਰਹੀ, ਫਿਰ ਜਿਹੜੇ ਇਨਸਾਫ਼ ਦੀ ਮੰਗ ਕਰਦੇ ਉਹਨਾਂ ਨੇ ਲੇਬਰ ਲਾਇਨ ਦੀ ਕਿ ਵੱਖਵਾਦੀ ਨੇ ਕਿਸੇ ਨੇ, ਰਾਈਟ। ਅਤੇ ਜੈਨੋਸਾਈਡ ਮੇਰਾ ਖਿਆਲ ਇੱਕ ਸਟੇਜ 'ਤੇ ਜਾ ਕੇ ਤੁਹਾਨੂੰ ਕਹਿਣਾ ਪੈਣਾ ਕਿ ਵੀ ਉਹਨਾਂ ਨੇ ਜੋ ਜ਼ਿਆਦਾ ਕੀਤੀ ਉਸ ਦੰਗਾ ਕਰਨ ਲਈ, ਸੋ ਇੱਕ ਇੱਕ ਮਤਲਬ ਤਰੀਕੇ ਨਾਲ ਰੈਜ਼ਿਸਟੈਂਸ ਦਾ ਇੱਕ ਸਿੰਬਲ ਆ, ਠੀਕ। ਸੋ ਇੱਕ ਸਿੰਬੋਲਿਕ, ਉਹ ਜਿਹੜਾ ਤੁਸੀਂ ਤੁਹਾਡੇ ਹਿਸਾਬ ਨਾਲ ਜਿਹੜਾ ਲਫ਼ਜ਼ ਵਰਤਿਆ ਗਿਆ ਉਸਦੀ ਜਿਹੜੀ ਅਹਿਮੀਅਤ ਹੈਗੀ ਹੈ ਉਹ ਵੱਧ ਗਈ, ਉਹ ਵਧੀ ਹੈਗੀ। ਐਬਸੋਲੂਟਲੀ। ਲੈਣੇ ਜੀ ਬ੍ਰੇਕ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਖਾਸ ਤੌਰ 'ਤੇ ਜਿਹੜਾ ਰਾਜੀਵ ਗਾਂਧੀ ਦੇ ਬਾਰੇ ਹੁਣ ਕਿਹਾ ਜਾ ਰਿਹਾ ਕਿ ਕਿਸ ਤਰ੍ਹਾਂ ਉਹ ਇੰਡਿਕਟ ਹੋਣੇ ਚਾਹੀਦੇ ਸੀ ਅਤੇ ਭਾਰਤ ਰਤਨ ਜਿਹੜਾ ਉਹ ਵਾਪਸ ਲਿਆ ਜਾਏ, ਕੀ ਇਹ ਸਿਰਫ ਸਿੱਖਾਂ ਵੱਲੋਂ ਹੀ ਆਵਾਜ਼ ਉੱਠ ਰਹੀ ਹੈ ਜਾਂ ਹੋਰ ਵੀ ਕੁਝ ਗਰੁੱਪ ਜਿਹੜੇ ਨੇ ਰਲ ਕੇ ਇਹ ਆਵਾਜ਼ ਬੁਲੰਦ ਕਰ ਰਹੇ ਨੇ, ਅਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਇਸ ਦੇ ਉੱਤੇ ਐਕਸ਼ਨ ਹੋ ਸਕਦਾ ਹੈ? ਇੱਥੇ ਬੈਠ ਕੇ ਕੀ IAPI ਵੱਲੋਂ ਕੁਝ ਕੀਤਾ ਜਾ ਰਿਹਾ ਹੈ ਜਾਂ ਹੋਰ ਸੰਸਥਾਵਾਂ ਕੁਝ ਕਰ ਰਹੀਆਂ ਨੇ, ਇਹਦੇ ਬਾਰੇ ਚਰਚਾ ਕਰ ਲਈ। ਅੱਜ ਦੀ ਇਸ ਰੀਅਲ ਇਸਟੇਟ ਮਾਰਕੀਟ ਵਿੱਚ ਜ਼ਰੂਰਤ ਹੈ ਇੱਕ ਤਜਰਬੇਕਾਰ ਤੇ ਮਿਹਨਤੀ ਰੀਅਲ ਇਸਟੇਟ ਏਜੰਟ ਦੀ, ਜੋ ਤੁਹਾਡੀ ਪ੍ਰਾਪਰਟੀ ਨੂੰ ਸਹੀ ਤਰੀਕੇ ਨਾਲ ਮਾਰਕੀਟ ਵਿੱਚ ਪੇਸ਼ ਕਰ ਸਕੇ, ਤੇ ਖਾਸ ਕਰਕੇ ਜਦ ਤੁਸੀਂ ਘਰ ਵੇਚਣਾ ਹੈ ਤਾਂ ਕਮਿਸ਼ਨ ਵਿੱਚ ਹਜ਼ਾਰਾਂ ਹੀ ਡਾਲਰਸ ਦੀ ਬਚਤ ਕਰਵਾ ਸਕੇ। ਮਕਾਨ ਮਾਲਕ ਕਈ ਆਪਸ਼ਨਸ ਦੀ ਵਰਤੋਂ ਕਰਕੇ ਆਪਣੀ ਟਰਮਸ ਤੇ ਲਿਸਟਿੰਗ ਇੱਕ ਫਲੈਟ ਫੀ ਦੇ ਕੇ ਕਰ ਸਕਦੇ ਹਨ। ਵਨ ਫਲੈਟ ਫੀ ਦੇ ਮਯੂਰ ਅਰੋੜਾ ਤੁਹਾਨੂੰ ਪ੍ਰਾਪਰਟੀ ਵੇਚਣ ਤੇ ਖਰੀਦਣ ਵਿੱਚ ਮਦਦ ਕਰ ਸਕਦੇ ਹਨ, ਕਿਉਂਕਿ ਇਹਨਾਂ ਨੇ ਲੋਅਰ ਮੇਨਲੈਂਡ ਵਿੱਚ ਪਿਛਲੇ ਕਈ ਸਾਲਾਂ ਤੋਂ ਹਜ਼ਾਰਾਂ ਹੀ ਪ੍ਰਾਪਰਟੀਜ਼ ਵੇਚੀਆਂ ਹਨ। ਅੱਜ ਹੀ ਕਾਲ ਕਰੋ 604-725-1000 ਜਾਂ ਫਿਰ ਵਿਜ਼ਿਟ ਕਰੋ oneflatfee.ca। ਭਾਰਤ ਦੇ ਵਿੱਚ ਜੋ ਖਾਸ ਤੌਰ 'ਤੇ ਜੁਡੀਸ਼ੀਅਲ ਐਕਟਿਵਿਜ਼ਮ ਦੇ ਸੰਬੰਧ ਵਿੱਚ ਜੋ ਅਸੀਂ ਗੱਲਬਾਤ ਕੀਤੀ ਕਿ ਜਿਸ ਕਾਰਨ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਅਤੇ ਨਾਲ ਹੀ ਉੱਥੇ ਹੁਣ ਜੇ ਆਵਾਜ਼ ਬੁਲੰਦ ਹੋ ਰਹੀ ਹੈ ਰਾਜੀਵ ਗਾਂਧੀ ਦੇ ਸੰਬੰਧ ਵਿੱਚ ਕਿ ਭਾਰਤ ਰਤਨਾ ਵਾਪਸ ਲਿਆ ਜਾਏ, ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਗੁਰਪ੍ਰੀਤ ਸਿੰਘ ਅਤੇ ਇੱਥੇ ਬੈਠੇ ਲੋਕ ਕਿਵੇਂ ਆਪਣਾ ਯੋਗਦਾਨ ਪਾ ਸਕਦੇ ਨੇ, ਉਹ ਕੁਝ ਗੱਲਬਾਤ ਕਰਦੇ ਹਾਂ ਜੀ। ਗੁਰਪ੍ਰੀਤ ਜੀ, ਸੋ ਰਾਜੀਵ ਗਾਂਧੀ ਦੇ ਸੰਬੰਧ ਸਾਨੂੰ ਦੱਸੋ ਕਿ ਇਹ ਜਿਹੜੀ ਮੰਗ ਉੱਠੀ ਹੈ ਇਹ ਕੌਣ ਉਠਾ ਰਿਹਾ ਅਤੇ ਇਹਦਾ ਕੀ ਤੁਹਾਨੂੰ ਰਿਜ਼ਲਟ ਨਜ਼ਰ ਆ ਰਿਹਾ? ਹਰਪ੍ਰੀਤ, ਅਸੀਂ ਜਿਹੜਾ ਹੁਣ ਜਿਹੜਾ ਭਾਰਤ ਨੂੰ ਲੈ ਕੇ ਮਾਮਲਾ ਗਰਮਾਇਆ ਉਹ ਸਿਰਫ ਇਹ ਸੀਗਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦਾ ਰਾਜ ਹੈ ਜੀ, ਉੱਥੇ ਗੱਲ ਤੋਰੀ ਸੀ ਕਿ ਵੀ ਭਾਰਤ ਨੂੰ ਵਾਪਸ ਲਿਆ ਜਾਵੇ ਜੀ। ਜਰਨੈਲ ਸਿੰਘ ਜਿਹੜੇ ਉਹਨਾਂ ਦੇ MLA ਨੇ ਜਿਹਨਾਂ ਨੇ ਜੁੱਤੀ ਭਗਾ ਕੇ ਮਾਰੀ ਸੀ ਚਿੰਦਰਬਨ ਉੱਤੇ ਜੀ, ਉਹਨਾਂ ਨੇ ਪਹਿਲਕਦਮੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਾਅਦ 'ਚ ਹੋਇਆ ਹੈ ਕਿ ਆਮ ਆਦਮੀ ਪਾਰਟੀ 'ਚ ਖਿਲਾਰਾ ਪੈ ਗਿਆ, ਇੱਕ ਹਿੱਸਾ ਕਹਿਣ ਲੱਗ ਪਿਆ ਸੀ ਰਾਜੀਵ ਗਾਂਧੀ ਨੂੰ ਚਾਹੁੰਦੇ ਨਹੀਂ ਕਿ ਵੀ ਉਸ ਤੋਂ ਭਾਰਤ ਨੂੰ ਵਾਪਸ ਲਿਆ ਜਾਵੇ, ਅਸੀਂ ਉਹਦੀ ਬੜੀ ਇੱਜ਼ਤ ਕਰਦੇ ਹਾਂ। ਸੋ ਇਸ ਕਿਸਮ ਦੀ ਗੱਲ ਆਮ ਆਦਮੀ ਪਾਰਟੀ ਚੱਲ ਪਈ, ਜਿਸ ਦੇ ਮੱਦੇਨਜ਼ਰ ਫੂਲਕਾ ਸਾਹਿਬ ਨੇ ਆਮ ਆਦਮੀ ਪਾਰਟੀ ਛੱਡੀ। ਹਾਲਾਂਕਿ ਉਹਨਾਂ ਨੇ ਓਪਨਲੀ ਗੱਲ ਕਲੈਰੀਫਾਈ ਨਹੀਂ ਕੀਤੀ ਕਿ ਮੈਂ ਇਸ ਕਾਰਨ ਕਰਕੇ ਛੱਡੀ ਹੈ, ਰਾਈਟ, ਬਟ ਵੀ ਡੋਂਟ ਨੀਡ ਅ ਰੋਕਟ ਸਾਇੰਸ ਟੂ ਅੰਡਰਸਟੈਂਡ, ਐਬਸੋਲੂਟਲੀ, ਕਿਉਂਕਿ ਫੂਲਕਾ ਸਾਹਿਬ ਜਾਂ ਬਾਕੀ ਸਾਰੇ ਮਹਿਸੂਸ ਕਰਦੇ ਕਿ ਰਾਜੀਵ ਗਾਂਧੀ ਦੋਸ਼ੀ ਸੀ, ਇੰਡਾਇਟ ਨਹੀਂ ਹੋਇਆ, ਇੰਡਾਇਟਮੈਂਟ ਅੱਜ ਵੀ ਹੋ ਸਕਦੀ ਹੈ, ਠੀਕ, ਕਿਉਂਕਿ ਬਹੁਤ ਸਾਰੀ ਪੇਪਰ ਟ੍ਰੇਲਸ ਨੇ, ਬਹੁਤ ਸਾਰੇ ਸਾਡੇ ਕੋਲ ਇੱਕ ਸਰਕਮਸਟਾਂਸ਼ੀਅਲ ਐਵੀਡੈਂਸ ਆ ਜਿਹਦੇ ਬੇਸ ਅਸੀਂ ਕਹਿ ਸਕਦੇ ਹਾਂ ਕਿ ਯੈਸ ਹੀ ਵਾਸ ਡਾਇਰੈਕਟਲੀ ਕੰਪਲੀਸਿਟ, ਠੀਕ। ਸੋ ਉਸ ਨਾਤੇ ਇਹ ਜਿਹੜਾ ਭਾਰਤ ਨੂੰ ਦਿੱਤਾ ਗਿਆ ਉਹਨਾਂ ਨੂੰ ਉਹ ਵਾਪਸ ਲੈਣ ਦੀ ਜਿਹੜੀ ਮੰਗ ਹੈ ਬੜੀ ਜਾਇਜ਼ ਮੰਗ ਹੈ, ਠੀਕ। ਉਸ ਵਿੱਚ ਜ਼ਾਹਿਰ ਤੌਰ 'ਤੇ ਸਿੱਖ ਕਮਿਊਨਿਟੀ 'ਚ ਤਾਂ ਮੰਗ ਉੱਠਦੀ ਉੱਠਦੀ ਆਫ ਕੋਰਸ, ਪਰ ਜਿਹੜੇ ਕੁਛ ਸੁਹਿਰਦ ਲੋਕ ਨੇ ਉਹ ਵੀ ਕਹਿੰਦੇ ਨੇ ਕਿ ਇਸ ਮੰਗ ਨੂੰ ਜਿਹੜਾ ਮੰਨਿਆ ਜਾਣਾ ਚਾਹੀਦਾ। ਅਸੀਂ ਮੈਂ ਆਪਣੀ ਮਿਸਾਲ ਦਿਮਾਗ 'ਤੇ ਖੁਦ ਇੱਕ ਪਟੀਸ਼ਨ ਤੋਰੀ ਹੈ ਜਿਹੜੀ change.org 'ਤੇ ਹੈ ਜੀ ਕਿ ਭਾਰਤ ਨੂੰ ਵਾਪਸ ਲਓ, ਰਾਈਟ। ਪਰ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਹਰਤੋਸ਼ ਬਲ ਜਿਹੜੇ ਬਹੁਤ ਸੀਨੀਅਰ ਜਰਨਲਿਸਟ ਆ ਜਿਹੜੇ
ਪਹਿਲੀ ਗੱਲ ਜਦੋਂ ਰਾਜੀਵ ਗਾਂਧੀ ਜਾਂਦੇ ਨੇ ਏਮਸ, ਜਦੋਂ ਇੰਦਰਾ ਗਾਂਧੀ ਦੀ ਉੱਥੇ ਅਜੇ ਬਾਡੀ ਪਈ ਹੁੰਦੀ, ਅਜੇ ਤਾਂ ਇਲਾਜ ਚੱਲ ਰਿਹਾ, ਡਿਕਲੇਅਰ ਵੀ ਨਹੀਂ ਹੋਇਆ, ਅਤੇ ਪਥਰਾਓ ਅਤੇ ਤੋੜਬੰਦ ਉਦੋਂ ਸ਼ੁਰੂ ਹੋ ਗਈ ਸੀ। ਸਭ ਤੋਂ ਪਹਿਲਾਂ ਜੈਲ ਸਿੰਘ ਦੀ ਕਾਰ 'ਤੇ ਵੀ ਹਮਲਾ ਹੋਇਆ, ਰਾਜੀਵ ਗਾਂਧੀ ਨੇ ਕੀ ਕੀਤਾ ਉਦੋਂ? ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਬਾਡੀ ਨੂੰ ਰੱਖਿਆ ਗਿਆ ਅੰਤਿਮ ਦਰਸ਼ਨ ਲਈ, ਟੀ ਵੀ 'ਤੇ ਲੋਕਾਂ ਨੇ ਵੇਖਿਆ ਕਿ ਨਾਰੇ ਵੱਜੇ, ਖੂਨ ਕਾ ਬਦਲਾ ਖੂਨ ਸੇ ਲੈਂਗੇ। ਰਾਜੀਵ ਗਾਂਧੀ ਨੇ ਰੋਕਣ ਲਈ ਕੀ ਕੀਤਾ? ਫਿਰ ਜਦੋਂ ਦਿੱਲੀ 'ਚ ਇੰਨੇ ਸਾੜ ਫੂਕ ਤੋੜਪਾਨ ਹੋ ਰਹੀ ਸੀਗੀ, ਤਾਂ ਉਦੋਂ ਜ਼ੈਲ ਸਿੰਘ ਨੇ ਉਹਨਾਂ ਨੂੰ ਫੋਨ ਕੀਤਾ, ਉਹਨਾਂ ਨੂੰ ਬਿਲਕੁਲ ਕੋਈ ਕੋਆਪਰੇਸ਼ਨ ਨਹੀਂ ਮਿਲੀ ਜੀ। ਨਰਸਿਮਾ ਰਾਓ ਬਾਰੇ ਡਾਕੂਮੈਂਟ ਹੋ ਚੁੱਕੀ ਗੱਲ, ਕੋਈ ਕੋਆਪਰੇਸ਼ਨ ਨਹੀਂ ਮਿਲੀ। ਰਾਜੀਵ ਗਾਂਧੀ ਦੋ ਇਮੀਜੀਏਟ ਕਜ਼ਨ, ਇੱਕ ਅਰੁਣ ਜਿਹੜਾ ਸੀਗੇ ਅਰੁਣ ਨਹਿਰੂ ਜੀ, ਉਹਨਾਂ ਨੇ ਦੱਸਿਆ ਜਾਂਦਾ ਕਿ ਲਿਸਟ ਉਹਨਾਂ ਨੇ ਓਬਟੇਨ ਕੀਤੀ ਸੀਗੀ, ਉਹ ਵੀ ਗੁਰਦੁਆਰਿਆਂ ਦੀ ਲਿਸਟ ਸੀ ਇਲੈਕਸ਼ਨ ਦੀ ਜਿਹੜੀ ਯੂਜ਼ ਹੋਈ ਹੈ ਸਿੱਖਾਂ ਦੇ ਘਰ ਆਈਡੈਂਟੀਫਾਈ ਕਰਨ ਲਈ। ਉਸ ਤੋਂ ਇਲਾਵਾ ਗੌਤਮ ਕੌਲ ਜਿਹੜੇ ਦੂਜੇ ਕਜ਼ਨ ਸੀਗੇ, ਜਿਹੜੇ ਪੁਲਿਸ ਅਫਸਰ ਸੀ, ਰਕਾਬਗੰਜ ਦੇ ਬਾਅਦ ਜਦੋਂ ਕਾਂਡ ਹੋਇਆ ਉਹ ਉੱਥੇ ਹਾਜ਼ਰ ਸੀਗੇ। ਫਿਰ ਉਸ ਤੋਂ ਇਲਾਵਾ ਰਾਜੀਵ ਗਾਂਧੀ ਦਾ ਇਹ ਕਹਿਣਾ ਜਦੋਂ ਵੱਡਾ ਰੁੱਖ ਦਿਖਦਾ ਧਰਤੀ ਹਿਲਦੀ ਹੈ ਜੀ। ਇਸ ਤੋਂ ਇਲਾਵਾ ਰੋਬੈਰੋ ਵਰਗੇ ਅਫਸਰ ਉਹਨਾਂ ਨੂੰ ਕਹਿ ਰਹੇ ਕਿ ਤੁਸੀਂ 84 ਦੇ ਦੋਸ਼ੀਆਂ ਨੂੰ ਪਾਸੇ ਰੱਖੋ ਤਾਂ ਜੋ ਪੰਜਾਬ 'ਚ ਅਮਨ ਸ਼ਾਂਤੀ ਕਾਇਮ ਹੋ ਸਕੇ, ਤਾਂ ਉਹਨਾਂ ਦੀ ਗੱਲ ਸੁਣਨ ਦੀ ਥਾਂ 'ਤੇ ਰੋਬੈਰੋ ਨੂੰ ਉਹ ਝਾੜਦੇ ਨੇ। ਰੋਬੈਰੋ ਨੇ ਇਹ ਗੱਲ ਆਪਣੀ ਕਿਤਾਬ 'ਚ ਲਿਖੀ ਹੋਈ। ਕਿੰਨੀਆਂ ਹੀ ਮਿਸਾਲਾਂ ਨੇ ਜਿਹੜੀਆਂ ਸ਼ੋਅ ਕਰਦੀਆਂ ਕਿ ਰਾਜੀਵ ਗਾਂਧੀ ਵੱਲ ਕੰਪਲਸਿਟੀ ਸੀ, ਪਰ ਫਿਰ ਵੀ ਜੇ ਕੋਈ ਨਹੀਂ ਮੰਨਣਾ ਚਾਹੁੰਦਾ ਉਹਦੀ ਖੁਸ਼ੀ, ਪਰ ਇਸ ਕਰਕੇ ਉਹ ਭਾਰਤ ਨੂੰ ਡਿਜ਼ਰਵ ਨਹੀਂ ਸੀ ਕਰਦੇ। ਰਾਈਟ, ਰਾਜੀਵ ਗਾਂਧੀ ਵਾਜ਼ ਅ ਵੈਰੀ ਕੰਟਰੋਵਰਸ਼ੀਅਲ ਮੈਨ, ਅਤੇ PM ਆਫਿਸ ਜਦੋਂ ਡਾਇਰੈਕਟਲੀ ਇਨਵੋਲਵ ਹੋਵੇ ਤਾਂ ਫਿਰ ਰਾਹੁਲ ਗਾਂਧੀ ਕਿਉਂ ਨਾ ਪ੍ਰੋਟੈਕਟ ਕਰੇ ਕਮਲਨਾਥ ਨੂੰ, ਸੱਜਣ ਕੁਮਾਰ ਨੂੰ ਜਾਂ ਟਾਈਟਲ ਨੂੰ ਵੀ ਹੁਣ ਤੱਕ ਪ੍ਰੋਟੈਕਟ ਕਰਦੇ ਆ ਰਹੇ ਸੀਗੇ ਜੀ, ਮਜਬੂਰੀ ਸੀ ਉਹਨਾਂ ਦੀ, ਕਿਉਂਕਿ ਜੇ ਇਹ ਲੋਕ ਮੂੰਹ ਖੋਲਦੇ ਆ ਤੇ ਉਂਗਲਾਂ PM ਆਫਿਸ ਵੱਲ ਉੱਠਣਗੀਆਂ। ਐਬਸੋਲਿਊਟਲੀ। ਸੋ ਉੱਥੇ ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਇਹ ਗੱਲ ਸ਼ੁਰੂ ਹੋਈ ਸੀ ਲੇਕਿਨ ਇਸ ਸਮੇਂ ਠੱਪ ਹੋ ਗਈ, ਪਰ ਇੱਥੇ ਜਿਹੜਾ change.org ਦੇ ਜਾ ਕੇ ਕੀ ਇਹ ਸਿਗਨੇਚਰ ਪਟੀਸ਼ਨ ਹੈਗੀ ਹੈ ਜਿੱਥੇ ਕਿ ਲੋਕ ਜਾ ਕੇ ਸਾਈਨ ਕਰ ਸਕਦੇ ਹੈਗੇ? ਐਬਸੋਲਿਊਟਲੀ, ਅਸੀਂ ਉਸ 'ਚ ਇਹੀ ਮੰਗ ਰੱਖੀ ਕਿ ਭਾਰਤ ਨੂੰ ਵਾਪਸ ਲਿਆ ਜਾਵੇ। ਰਾਈਟ, ਤਾਂ ਉਹ ਜਿਹੜੀ ਪਟੀਸ਼ਨ ਹੈ ਸਾਡੀ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਸੰਬੋਧਿਤ ਆ, ਉਮੀਦ ਬਹੁਤ ਘੱਟ ਆ ਕਿਉਂਕਿ ਭਾਰਤ ਨੂੰ ਇਹੋ ਜਿਹੀਆਂ ਕਈ ਹੋਰ ਵਿਵਾਦਿਤ ਸ਼ਖਸੀਅਤਾਂ ਨੂੰ ਹਿੰਦੁਸਤਾਨ 'ਚ ਦਿੱਤੇ ਗਏ ਨੇ ਜੀ। ਵਾਜਪੇਈ ਸਾਹਿਬ ਵੀ ਮੇਰੇ ਹਿਸਾਬ ਨਾਲ ਇੱਕ ਕੰਟਰੋਵਰਸ਼ੀਅਲ ਫਿਗਰ ਸੀਗੇ, ਕਿਉਂਕਿ ਉਹਨਾਂ ਦੇ ਰਾਜ ਵਿੱਚ ਹੀ 2002 ਹੋਇਆ ਅਤੇ ਉਹਨਾਂ ਦੇ ਰਾਜ ਵਿੱਚ ਹੀ ਕ੍ਰਿਸਚਨਸ 'ਤੇ ਕਾਫੀ ਹਮਲੇ ਹੋਏ। ਰਾਈਟ, ਸੋ ਇਸ ਕਰਕੇ ਮਤਲਬ ਭਾਰਤ ਤਾਂ ਉਹਨਾਂ ਨੂੰ ਹੀ ਮਿਲਿਆ। ਠੀਕ, ਤਾਂ ਭਾਰਤ ਤਾਂ ਜੇ ਦੇਣਾ ਹੀ ਹੈ ਉਹਨਾਂ ਨੂੰ ਦਿਓ ਜਿਹਨਾਂ ਸੈਕੂਲਰ ਕੰਮ ਕੀਤੇ ਜਾਂ ਲੋਕਾਈ ਲਈ ਕੰਮ ਕੀਤੇ ਆ। ਪਰ ਇਹਦੇ ਵਾਸਤੇ ਕੀ ਪ੍ਰੋਗਰੈਸਿਵ ਥਾਟ ਜਿਹੜੀ ਹੈਗੀ ਭਾਰਤ ਵਿੱਚ, ਕੀ ਉਸਨੇ ਕੋਈ ਆਵਾਜ਼ ਬੁਲੰਦ ਕੀਤੀ ਹੈ ਜਾਂ ਉਹ ਸਾਈਡਲਾਈਨ ਹੋਈ ਪਈ ਹੈ? ਇਹਦੇ 'ਚ ਹਰਪ੍ਰੀਤ, ਮੈਨੂੰ ਗੱਲ ਬਹੁਤ ਦੁੱਖ ਨਾਲ ਕਹਿਣੀ ਪੈਂਦੀ ਹੈ ਕਿ ਪ੍ਰੋਗਰੈਸਿਵ ਥਾਟ ਨੇ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਖੜੀ ਕੀਤੀਆਂ ਜੀ, ਕਿਉਂਕਿ ਹੋ ਕੀ ਰਿਹਾ ਕਿ ਇੱਕ ਸਿੰਡਰਮ ਹੈ ਬਣਿਆ ਹੋਇਆ ਕਿ ਇੱਕ ਵੱਡੀ ਪਾਰਟੀ ਨੂੰ ਹਰਾਉਣ ਲਈ ਸਾਨੂੰ ਦੂਜੇ ਵੱਡੀ ਪਾਰਟੀ ਦੀ ਲੋੜ ਪੈਂਦੀ। ਉਸ ਚੱਕਰ 'ਚ ਕੀ ਹੋਇਆ ਕਿ ਕਈ ਲੋਕ ਅਜੇ ਵੀ ਮਤਲਬ BJP ਨੂੰ ਹੀ ਮੇਨ ਕਲਪਰਟ ਮੰਨਦੇ ਆ। ਨੋ ਡਾਊਟ ਕਿ BJP ਤਾਂ ਕਲਪਰਟ ਹੈ ਹੀ ਜੀ, ਕਿਉਂਕਿ ਜਿਹੜੀ ਪਾਰਟੀ ਸਿੱਧੇ ਤੌਰ 'ਤੇ ਕਹਿੰਦੀ ਸੀ ਭਾਰਤ ਹਿੰਦੂ ਰਾਸ਼ਟਰ ਬਣਾਉਣਾ, ਰਾਈਟ, ਉਹ ਫਿਰਕਾ ਪ੍ਰਸਾਹ 'ਚ ਕੋਈ ਸ਼ੱਕ ਨਹੀਂ। ਧੰਨਵਾਦ ਜੀ, ਇਹ ਪੋਲੀਟੀਕਲ ਜਿਹੜੀ ਜਿਸ ਤਰੀਕੇ ਨਾਲ ਆਈ ਇਸਦਾ ਵੀ ਰਿਜ਼ਲਟ ਸਾਡੇ ਸਾਹਮਣੇ ਆ ਜਾਏਗਾ। ਤੁਹਾਡਾ ਧੰਨਵਾਦ ਇਹ ਅਹਿਮ ਮੁੱਦੇ 'ਤੇ ਸਾਡੇ ਸਾਂਝ ਪਾਉਣ ਲਈ। ਥੈਂਕ ਯੂ ਫੋਰ ਯੋਰ ਟਾਈਮ।